ਲੁਧਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਮੈਰਾਥਨ ਦਾ ਆਯੋਜਨ ਕੀਤਾ ਗਿਆ, ਪਰ ਆਯੋਜਨ ਨੂੰ ਲੈ ਕੇ ਕੁਝ ਕਮੀਆਂ ਸਾਫ਼ ਤੌਰ ਤੇ ਨਜ਼ਰ ਆਈਆਂ। ਬੂਥ ਲੈਵਲ ਅਫਸਰ ਨਰਿੰਦਰ ਸਿੰਘ ਗਿੱਲ ਦਾ ਆਰੋਪ ਸੀ ਕਿ ਉਹਨਾਂ ਨੂੰ ਸਵੇਰੇ 6:15 ਵਜੇ ਬੁਲਾਇਆ ਗਿਆ, ਪਰ ਕਾਫੀ ਦੇਰ ਹੋਣ ਦੇ ਬਾਵਜੂਦ ਵੀ ਮੈਰਾਥਨ ਸ਼ੁਰੂ ਨਹੀਂ ਹੋਈ। ਇਸ ਤੋਂ ਇਲਾਵਾ ਕੁਪ੍ਰਬੰਧਾਂ ਦੇ ਚਲਦਿਆਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਰਿੰਦਰ ਸਿੰਘ ਗਿੱਲ ਹੈ ਜੀ, ਮੈਂ PAU ਲੁਧਿਆਣਾ ਦੇ ਵਿੱਚ ਸੀਨੀਅਰ ਲੈਬਾਰਟਰੀ ਅਸਿਸਟੈਂਟ ਮਹਿਕਮਾ ਸੋਇਲ ਸਾਇੰਸ ਦੇ ਵਿੱਚ ਕੰਮ ਕਰ ਰਿਹਾ, ਅਤੇ ਪਿਛਲੇ ਤਕਰੀਬਨ 10 ਸਾਲ ਤੋਂ ਅਸੀਂ PLO ਡਿਊਟੀ ਨਿਭਾ ਰਹੇ ਹਾਂ, ਜਿਹੜਾ ਕਿ ਸਾਡਾ ਨੌਕਰੀ ਦੇ ਨਾਲ ਐਕਸਟਰਾ ਵਰਕ ਹੁੰਦਾ ਕਿ ਜਿਵੇਂ ਪੰਜਾਬ ਸਰਕਾਰ ਨੂੰ ਵੋਟਾਂ ਦੇ ਕੰਮ ਦੇ ਵਿੱਚ ਕੰਮ ਲੈਣ ਵਾਸਤੇ ਮੁਲਾਜ਼ਮਾਂ ਦੀ ਜ਼ਰੂਰਤ ਪੈਂਦੀ ਹੈ, ਅਸੀਂ ਵੱਖ ਵੱਖ ਮਹਿਕਮੇ ਦੇ ਮੁਲਾਜ਼ਮ ਲੁਧਿਆਣਾ ਸੈਂਟਰਲ 063 ਗਲਾਡਾ ਦੇ ਅੰਡਰ ਕੰਮ ਕਰ ਰਹੇ ਹਾਂ, ਅਤੇ ਸਾਨੂੰ ਪਿਛਲੇ 2 ਸਾਲਾਂ ਤੋਂ ਤਾਂ ਸਾਡਾ ਮਾਣ ਭੱਤਾ 72-72 ਸੌ ਰੁਪਈਆ 2 ਸਾਲਾਂ ਦੇ ਉਹ ਨਹੀਂ ਮਿਲੇ, ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੋਟਾਂ ਦਾ ਕੰਮ ਹੈ ਉਹ ਨਿਰਵਿਘਨ ਚੱਲੇ, ਕਿਉਂਕਿ ਲੋਕ ਸਭਾ ਦੀਆਂ ਇਲੈਕਸ਼ਨਾਂ, ਵਿਧਾਨ ਸਭਾ ਦੀਆਂ ਇਲੈਕਸ਼ਨਾਂ, ਸਰਪੰਚੀ ਦੀਆਂ ਇਲੈਕਸ਼ਨਾਂ, ਕੌਂਸਲਰ ਦੀਆਂ ਇਲੈਕਸ਼ਨਾਂ, ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀ ਦੀਆਂ ਇਲੈਕਸ਼ਨਾਂ, ਸਾਡੀਆਂ ਡਿਊਟੀਆਂ ਵੀ ਲੱਗਦੀਆਂ, ਡਿਊਟੀਆਂ ਨਿਭਾਉਂਦੇ ਹਾਂ। ਪਰਸੋਂ ਸਾਨੂੰ ਮੈਸੇਜ ਮਿਲਿਆ, ਅਸੀਂ ਕੋਈ ਆਪਦਾ ਰਿਸ਼ਤੇਦਾਰ ਵੀ ਗਿਆ, ਕੋਈ ਆਪਣੇ ਬੱਚਿਆਂ ਦੇ ਨਾਲ ਘੁੰਮਣ ਫਿਰਨ ਗਿਆ, ਸਾਨੂੰ ਮੈਸੇਜ ਮਿਲਿਆ ਕਿ ਤੁਸੀਂ ਐਤਵਾਰ ਨੂੰ ਪੂਰੇ 6 ਵਜੇ PAU ਗਰਾਊਂਡ ਦੇ ਵਿੱਚ ਵੋਟਾਂ ਦੇ ਲਈ, ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ, ਜਿਹੜੇ ਨਵੇਂ ਬੱਚੇ ਆ 18 ਸਾਲ ਦੇ ਹੋ ਰਹੇ ਆ, ਉਹ ਬੇਟੀਆਂ ਬੇਟੇ ਬੱਚੇ ਜਾਂ ਜਿਨ੍ਹਾਂ ਨੇ ਅੱਜ ਤੱਕ ਵੋਟ ਨਹੀਂ ਮਿਲੀ ਆਪਦੀ ਵੋਟ ਬਣਾਉਣ, ਉਸ ਜਾਗਰੂਕਤਾ ਕੈਂਪ ਨੂੰ ਮੈਂ ਕਹੂੰਗਾ ਕਿ ਇੱਕ ਬੜਾ ਫਲਾਪ ਕੈਂਪ ਰਿਹਾ ਇਹਨਾਂ ਦਾ, ਜਿਹਦੇ 'ਚ ਸਾਨੂੰ 1/2 ਘੰਟਾ ਹੋ ਗਿਆ, ਗਲਾਡਾ ਦਾ ਕੋਈ ਅਧਿਕਾਰੀ ਸੇਵਾਦਾਰ ਤੋਂ ਲੈ ਕੇ ACA ਗਲਾਡਾ ਤੱਕ AR 063 ਤੱਕ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ, ਨਾ ਸਾਡਾ ਇੱਥੇ ਕੋਈ ਸੁਪਰਵਾਈਜ਼ਰ ਹੈ, ਨਾ ਸਾਡਾ ਕੋਈ ਕਸਮ ਹੈ, ਨਾ ਸਾਡਾ ਕੋਈ ਕਸਾਈ ਹੈ, ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੀ ਇੱਥੇ ਕੋਈ ਬਾਤ ਪੁੱਛੀ ਗਈ ਹੈ, ਅਤੇ ਸਾਨੂੰ 55-55 ਸਾਲ ਦੀ ਉਮਰ ਦੇ ਬੰਦਿਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਲਾਈਨ 'ਚ ਲੱਗ ਕੇ ਅਤੇ ਆਪਦੇ ਰਜਿਸਟ੍ਰੇਸ਼ਨ ਕਰਾਓ ਅਤੇ ਟੀ-ਸ਼ਰਟ ਲਓ। ਕੀ ਇਹ ਸੰਭਾਵਨਾ ਹੈਗੀ ਹੈ ਕਿ ਜਿੱਥੇ ਰਜਿਸਟ੍ਰੇਸ਼ਨ ਹੋ ਰਹੀ ਹੈ ਉੱਥੇ ਕੋਈ ਪੁਲਿਸ ਦਾ ਅਧਿਕਾਰੀ ਨਹੀਂ, ਅਤੇ ਗੇਟ ਦੇ ਉੱਪਰ ਪੁਲਿਸ ਦੇ 40 ਅਧਿਕਾਰੀ ਲੱਗੇ ਹੈ? ਇਸ ਗੱਲ ਦੀ ਸਾਨੂੰ ਕੋਈ ਸੰਭਾਵਨਾ ਨਹੀਂ ਲੱਗਦੀ ਕਿ ਅਸੀਂ ਉਹ ਟੀ-ਸ਼ਰਟ ਜਿਹੜੀ ਲੈਣੀ ਹੈ ਉਹ ਟੀ-ਸ਼ਰਟ ਲੈ ਕੇ ਵਾਪਸ ਆਵਾਂਗੇ, ਅਤੇ ਆਉਂਦੇ ਨੂੰ ਸਾਡੀ ਜੇਬ 'ਚ ਮੋਬਾਈਲ, ਸਾਡੇ ਐਕਟਿਵਾ ਮੋਟਰਸਾਈਕਲ ਦੀ ਚਾਬੀ ਹੋਊਗੀ ਜਾਂ ਸਾਡੀ ਜੇਬ 'ਚੋਂ ਪਰਸ ਨਿਕਲ ਜਾਊਗਾ। ਅਸੀਂ ਇਹ ਚਾਹੁੰਦੇ ਹਾਂ ਕਿ ਜੇ ਇਹੋ ਜਿਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਮ ਕਰਾਉਣਾ ਹੁੰਦਾ ਤਾਂ ਸਾਨੂੰ ਸਕੂਲਾਂ ਵਾਲੇ ਬੱਚਿਆਂ ਦੇ ਵਾਂਗ ਸਾਡਾ ਕੋਈ ਅਧਿਕਾਰੀ ਉਹਨੂੰ ਸਾਨੂੰ ਅਟੈਂਡ ਕਰੇ, ਸਾਡੀ ਹਾਜ਼ਰੀ ਲਾਵੇ, ਅਤੇ ਸਾਨੂੰ ਇੱਜ਼ਤ ਦੇ ਨਾਲ ਸਾਡਾ ਬਣਦਾ ਮਾਣ ਸਨਮਾਨ ਕੀਤਾ ਜਾਵੇ, ਅਤੇ ਜਿਹੜਾ ਸਾਨੂੰ ਸਮਾਨ ਦੇਣਾ ਉਹ ਵੀ ਸਾਨੂੰ ਇੱਜ਼ਤ ਨਾਲ ਦਿੱਤਾ ਜਾਵੇ। ਅਸੀਂ ਤੁਹਾਡੇ ਰਾਹੀਂ, ਤੁਹਾਡੇ ਮਾਧਿਅਮ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਅੱਗੇ ਤੋਂ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਵਰਕਸ਼ਾਪ ਕੈਂਪ ਲਗਾਉਣੇ ਹੁੰਦੇ ਆ ਤਾਂ ਉਹਨਾਂ ਦੇ ਲਈ ਜਿਹੜੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਉਹ ਜਦੋਂ ਬੁਲਾਇਆ ਜਾਂਦਾ ਕਿਸੇ ਕਰਮਚਾਰੀ ਨੂੰ ਉਹਦੇ ਤੋਂ 1/2 ਘੰਟਾ ਪਹਿਲਾਂ ਪਹੁੰਚ ਕੇ ਉਸ ਕੰਮ ਨੂੰ ਕੰਡਕਟ ਕਰ ਸਕਣ। ਹੋਰ ਲੋਕ ਵੀ ਪ੍ਰਸ਼ਾਸਨ ਦੇ ਇੰਤਜ਼ਾਮਾਂ ਤੋਂ ਨਾਰਾਜ਼ ਨਜ਼ਰ ਆਏ। ਉੱਥੇ ਕਈ ਲੋਕਾਂ ਨੂੰ ਤਾਂ ਇਸ ਆਯੋਜਨ ਦੇ ਕਾਰਨਾਂ ਦਾ ਵੀ ਪਤਾ ਨਹੀਂ ਸੀ। ਇੱਥੇ ਹੀ ਆਪਾਂ ਭਜਨ ਲਿਆ ਆ, ਇੱਥੇ ਸਪੋਰਟਸ ਨੂੰ ਪ੍ਰਮੋਟ ਕਰਨਾ ਆ, ਐਥਲੀਟਸ ਨੂੰ ਪ੍ਰਮੋਟ ਕਰਨਾ ਆ, ਤੇ ਨਸ਼ੇ ਦੇ ਵਿਰੁੱਧ ਖੜੇ ਆ ਆਪਾਂ, ਤੇ ਸਵਸਥ ਨੂੰ ਪ੍ਰਮੋਟ ਕਰ ਰਹੇ ਇੱਥੇ। ਜਿਹੜਾ ਮੇਰਾ ਇਨਵਾਇਰਮੈਂਟ ਆ ਉੱਥੇ ਤਾਂ ਮੈਂ ਜਿੰਨੇ ਵੀ ਨੌਜਵਾਨ ਦੇਖੇ ਆ ਵੋਟ ਪਾਉਣ ਲਈ ਇੰਟਰਸਟਿਡ ਨੇ, ਪੋਲੀਟਿਕਸ 'ਚ ਇੰਟਰਸਟਿਡ ਨੂੰ ਗੱਲਾਂ ਕਰਦੇ ਰਹਿੰਦੇ ਕਿ ਹਾਂ ਕਿਹਨੂੰ ਸਪੋਰਟ ਕਰਨਾ ਇਸ ਵਾਰ ਆਪਾਂ, ਤਾਂ ਮੇਰੇ ਹਿਸਾਬ ਨਾਲ ਤਾਂ ਉਹ ਕਰਦੇ ਨੇ ਵੋਟਿੰਗ। ਹਾਂਜੀ ਬਿਲਕੁਲ ਪਾਉਣੀ ਚਾਹੀਦੀ, ਆਪਣਾ ਮਤ ਰੱਖਣਾ ਚਾਹੀਦਾ, ਉੱਥੇ ਕਿਸੇ ਨੂੰ ਨਾ ਵੋਟ ਕਰਨ ਦਾ ਵੀ ਆਪਸ਼ਨ ਹੁੰਦਾ, ਅਤੇ ਜੇ ਕਿਸੇ ਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ ਤਾਂ ਉੱਥੇ ਦੱਬ ਸਕਦਾ ਵਾ। ਸੰਘਰਸ਼ ਕਰਕੇ ਜਿਹੜਾ ਆਪਾਂ ਵੋਟ ਦਾ ਅਧਿਕਾਰ ਲਿਆ ਵਾ ਤਾਂ ਸਾਨੂੰ ਜਿਹੜਾ ਹੈਗਾ ਇਹੀ ਇੱਕ ਮੌਕਾ ਹੁੰਦਾ ਕਿ ਜਦੋਂ ਅਸੀਂ ਇੱਕ ਚੰਗੇ ਉਮੀਦਵਾਰ
ਨੂੰ ਚੁਣ ਸਕੀਏ ਔਰ ਜੋ ਆਪਣੇ ਹੈਗੇ ਆ ਜਿੰਨੇ ਵੀ ਆਪਣੇ ਡਿਵੈਲਪਮੈਂਟ ਦੇ ਕੰਮ ਹੈਗੇ ਆ ਚੰਗਾ ਉਮੀਦਵਾਰ ਆਪਣਾ ਆਪਣੀ ਵੋਟ ਨਾਲ ਚੁਣ ਕੇ ਪਾਰਲੀਮੈਂਟ 'ਚ ਭੇਜਾਂਗੇ ਜਾਂ ਵਿਧਾਨ ਸਭਾ 'ਚ ਭੇਜਾਂਗੇ ਤਾਂ ਸਾਡੇ ਕੰਮ ਸੋਹਣੇ ਹੋਣਗੇ। ਤਾਂ ਨੌਜਵਾਨਾਂ ਨੂੰ ਇਹੀ ਹੈ ਕਿ ਵੋਟ ਬਣਾਉਣੀ ਚਾਹੀਦੀ ਆ ਅਤੇ ਵੋਟ ਪਾਉਣੀ ਚਾਹੀਦੀ ਆ ਅਤੇ ਵੋਟ ਦੇ ਲੋਕਤੰਤਰ ਦੇ ਵਿੱਚ ਜਿਹੜਾ ਸਾਡਾ ਇਹ ਹਿੱਸੇਦਾਰੀ ਜਿਹੜੀ ਹੈਗੀ ਆ ਇਹਨੂੰ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ ਖੂਬ ਨਿਭਾਉਣਾ ਚਾਹੀਦਾ ਹੈ ਅਤੇ ਸਾਨੂੰ ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਹੈ, ਇਕੱਲੇ ਇਕੱਲੇ ਇਨਸਾਨ ਨੂੰ ਜਿਹੜੀ ਹੈਗੀ ਆ ਉਹ ਵੋਟ ਪਾਉਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਵੋਟਰਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨਾ ਸੀ। ਉਹਨਾਂ ਦੇਰੀ ਦੇ ਸੰਬੰਧ ਚ ਕਿਹਾ ਕਿ ਮੈਰਾਥਨ ਦਾ ਸਮੇਂ 6:30 ਦਿੱਤਾ ਗਿਆ ਸੀ, ਜਦਕਿ BLO ਵੱਲੋਂ ਰੋਸ ਜਤਾਉਣ ਤੇ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਬਿਊਰੋ ਰਿਪੋਰਟ, ਲੁਧਿਆਣਾ।